सत श्री अकाल जी। इस वेले की वड्डी खबर है जिहड़ी कोरोना वायरस दे नाल जुड़ी हुई सामने आई है। पंजाब दे विच जिहड़ी कोरोना वायरस दे मरीजां दी गिणती 132 है इस समय। जिहड़े 12 लोगों की कोरोना वायरस दे जो पीड़ित है उन्हां दी मौत हो चुकी है, जिन्हां दे विचों 132 दे विचों जिहड़े 18 मरीज जिहड़े पहलां जिन्हां दी रिपोर्ट पॉजिटिव आई सी हुण उह नैगेटिव आई आ। नवां शहर जो पंजाब दा जिला है उह पहलां सब तों अग्गे चल रिहा सी कोरोना वायरस दे पीड़ितां नूं लै के, पर हुण जिहड़ा मोहाली आ, मोहाली दे विच सब तों ज़्यादा जिहड़े कोरोना वायरस के जो मरीज ने वो ज़्यादा ने। नवांशहर तो एक रात वाली खबर जरूर सामने आई है जो कि पंजाबियों को एक थोड़ा जा हौसला जरूर देगी। नवांशहर दे विच पहला 19 मरीज से, 19 दे विच एक जो बलदेव सिंह सी उहदी मौत हो गई थी। उस तो बाद जिहड़े 18 मरीज रह गए सी कोरोना दे, उस तो बाद जिहड़े 10 उत्थे दे जिहड़े मरीज ने उहनां दी रिपोर्ट हुण नैगेटिव आई आ। पहला उहनां दी रिपोर्ट पॉजिटिव सी ते हुण उहनां दी नैगेटिव आई आ। इस सारी खबर की जानकारी लई असीं जो नवांशहर दे सिविल सर्जन ने ਰਜਿੰਦਰ ਭਾਟੀਆ ਜੀ ਉਹਨਾਂ ਨਾਲ ਫੋਨ ਤੇ ਗੱਲਬਾਤ ਕਰਾਂਗੇ, ਉਹ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ। ਆਓ ਆਪਾਂ ਜੁੜਦੇ ਹਾਂ ਉਹਨਾਂ ਦੇ ਨਾਲ। ਸਰ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਜਿੰਨੇ ਪਹਿਲਾਂ ਕਿੰਨੇ ਮਰੀਜ਼ ਪੋਜ਼ਿਟਿਵ ਸੀ ਤੇ ਹੁਣ ਕਿੰਨੇ ਠੀਕ ਹੋਏ ਨੇ, ਜਿਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ? ਹਾਂਜੀ, ਟੋਟਲ ਜਿਹੜੇ ਸਾਡੇ ਕੋਲ ਪੋਜ਼ਿਟਿਵ ਪੇਸ਼ੈਂਟਸ ਆਏ ਸੀ 19 ਸੀਗੇ। 19 ਜੀ, ਠੀਕ ਹੈ ਜੀ। ਜਿੰਨਾ ਚ ਮ੍ਰਿਤਕ ਜਿਹੜਾ ਬਲਦੇਵ ਸਿੰਘ ਇਨਕਲੂਡਿਡ ਹੈ ਜੀ, ਠੀਕ ਹੈ ਜੀ। ਟੋਟਲ ਸਾਡੇ ਕੋਲ 18 ਮਰੀਜ਼ ਦਾਖਲ ਸੀਗੇ। ਸਾਡੇ ਕੋਲ ਸਿਵਲ ਹਸਪੀਟਲ, ਸਾਡੇ ਆਈਸੋਲੇਸ਼ਨ ਫੈਸਿਲਿਟੀ ਹੈ ਜੀ, ਉਹਦੇ ਵਿੱਚ ਸਾਡੇ ਕੋਲ 18 ਪੇਸ਼ੈਂਟਸ ਐਡਮਿਟਿਡ ਸੀਗੇ ਜੀ, ਤੇ ਇਹਨਾਂ 'ਚੋਂ 10 ਦੀ ਰਿਪੋਰਟ ਨੈਗੇਟਿਵ ਆਈ ਹੈ, ਉਹਦੇ ਕਿਉਰ ਹੋ ਚੁੱਕੇ ਹੈ ਜੀ। 10 ਦੀ ਰਿਪੋਰਟ, ਹੁਣ ਟੋਟਲ 8 ਜਿਹੜੇ ਮਰੀਜ਼ ਜਾਣੀ ਜਿਹੜੇ ਪੋਜ਼ਿਟਿਵ ਨੇ ਨਵਾਂ ਸ਼ਹਿਰ 'ਚ। ਨਹੀਂ, ਉਹਨਾਂ ਦੇ ਰਿਜ਼ਲਟਸ ਵੇਟਿਡ ਹੈ, ਕੁਛ ਦੇ ਸੈਂਪਲ ਸਾਡੇ ਭੇਜਣੇ ਔਰ ਕੁਛ ਦੇ ਰਿਜ਼ਲਟਸ ਵੇਟਿਡ ਹੈ। ਹਾਂਜੀ ਜੀ, ਇਸ ਸਮੇਂ ਟੋਟਲ 8 ਮਰੀਜ਼ਾਂ ਦਾ ਕੰਟੈਕਟ ਜੀ, ਟੋਟਲ ਇਸ ਸਮੇਂ 8 ਮਰੀਜ਼ਾਂ ਦਾ ਇਲਾਜ ਚੱਲ ਰਿਹਾ, 10 ਠੀਕ ਹੋ ਗਏ। ਹਾਂਜੀ, 10 ਠੀਕ ਹੋ ਗਏ, ਤੇ ਬਾਕੀ ਦੇ ਮਤਲਬ ਉਹਨਾਂ ਨੇ ਕਈ ਸੈਂਪਲ ਭੇਜੇ ਹੋਏ ਸੀ, ਰਿਪੋਰਟ ਵੇਟਿਡ ਹੈ ਜਾਂ ਕਿੰਨਾ ਉਹਨਾਂ ਦਾ ਹਾਲੇ ਮਤਲਬ ਭੇਜਣ ਵਾਲੇ। ਹਾਂਜੀ ਸਰ, ਅੱਜ ਵੀ ਕਿਸੇ ਰਿਪੋਰਟ, ਅੱਜ ਪੇਸ਼ੈਂਟ ਦੀ ਕਿਸੇ ਦੀ ਰਿਪੋਰਟ ਨੈਗੇਟਿਵ ਆਈ ਹੈ? ਨਹੀਂ, ਹਾਲੇ ਨਹੀਂ। ਹਾਂਜੀ, ਕੰਪਲੀਟ ਨਹੀਂ ਆਈ ਕੋਈ ਵੀ ਰਿਪੋਰਟ। ਹਾਂ ਸਾਡੇ ਕੋਲ ਜੀ ਜੀ। ਥੈਂਕ ਯੂ ਜਾਣਕਾਰੀ ਦੇਣ ਲਈ, ਬਹੁਤ ਬਹੁਤ ਧੰਨਵਾਦ। ਇਹ ਸਨ ਨਵਾਂ ਸ਼ਹਿਰ ਦੇ ਸਿਵਲ ਸਰਜਨ ਰਜਿੰਦਰ ਭਾਟੀਆ, ਜਿਨ੍ਹਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ। ਨਵਾਂ ਸ਼ਹਿਰ ਦੇ ਵਿੱਚ ਹੁਣ ਤਕਰੀਬਨ ਜਿਹੜੇ ਪਹਿਲਾਂ 18 ਮਰੀਜ਼ ਸੀ, 18 ਦੇ ਵਿੱਚ 10 ਮਰੀਜ਼ਾਂ ਦੀ ਰਿਪੋਰਟ ਪਹਿਲਾਂ ਪੋਜ਼ਿਟਿਵ ਆਈ ਸੀ ਅਤੇ ਹੁਣ ਉਹ ਨੈਗੇਟਿਵ ਆਈ ਆ। ਹੁਣ ਤਕਰੀਬਨ ਜਿਹੜੇ 8 ਮਰੀਜ਼ ਨੇ ਨਵਾਂ ਸ਼ਹਿਰ ਦੇ ਵਿੱਚ ਮੌਜੂਦ ਨੇ, ਜੋ ਕਿ ਪੰਜਾਬੀਆਂ ਦੇ ਲਈ ਇੱਕ ਸੁੱਖ ਵਾਲੀ ਖਬਰ ਜ਼ਰੂਰ ਹੈ, ਕਿਉਂਕਿ ਕੋਰੋਨਾ ਵਾਇਰਸ ਦੇ ਨਾਲ ਹੌਸਲੇ ਦੇ ਨਾਲ ਜੰਗ ਜਿੱਤੀ ਜਾ ਸਕਦੀ ਹੈ। ਇਸ ਲਈ ਗਲੋਬਲ ਪੰਜਾਬ ਟੀਵੀ ਵੀ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸਹੀ ਜਾਣਕਾਰੀ ਦੇ ਰਿਹਾ ਹੈ, ਤਾਂ ਕਿ ਕੋਰੋਨਾ ਵਾਇਰਸ ਦੇ ਵਿੱਚ ਜੋਕਰ ਇੱਕ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ, ਦਹਿਸ਼ਤ ਦਾ ਮਾਹੌਲ ਬਣਿਆ, ਉਹ ਨਾ ਬਣੇ, ਕਿਉਂਕਿ ਮਰੀਜ਼ ਕੁਝ ਠੀਕ ਵੀ ਹੋ ਰਹੇ ਨੇ। ਪੰਜਾਬ ਸਰਕਾਰ ਨੇ ਵੀ ਜੋ ਬੀਤੀ ਰਾਤ ਬੁਲਟਨ ਜਾਰੀ ਕੀਤਾ, ਮੀਡੀਆ ਬੁਲਟਨ, ਉਹਦੇ ਵਿੱਚ 18 ਮਰੀਜ਼ਾਂ ਦੀ ਜਿਹੜੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਵੀ 18 ਮਰੀਜ਼ਾਂ ਦੀ ਪਹਿਲਾਂ ਰਿਪੋਰਟ ਪੋਜ਼ਿਟਿਵ ਆਈ ਸੀ ਅਤੇ ਹੁਣ ਨੈਗੇਟਿਵ ਆਈ ਆ। ਕੈਮਰਾਮੈਨ ਬਿਰਕ ਦੇ ਨਾਲ ਕੁਲਦੀਪ ਸਿੰਘ ਪੋੜੇ, ਗਲੋਬਲ ਪੰਜਾਬ ਟੀਵੀ, ਪਟਿਆਲਾ।